ਪਿਆਰੇ ਦੋਸਤੋ, ਮੈਂ ਹਾਂ ਡਾਕਟਰ ਚਰਨ ਸਿੰਘ ਚਾਹਲ ਅਤੇ ਮੈਂ ਚੜ੍ਹਦੇ ਪੰਜਾਬ ਜਲੰਧਰ ਤੋਂ ਇੱਥੇ ਪਹੁੰਚਿਆ। ਮੈਂ ਰਿਟਾਇਰਡ ਐਗਰੀਕਲਚਰ ਅਫਸਰ ਹਾਂ ਅਤੇ ਹੁਣ ਮੈਂ ਆਪਣਾ ਕਾਰੋਬਾਰ ਕਰਦਾ। ਅਤੇ ਇਹ ਭਾਈ ਸਾਹਿਬ ਨੇ ਪੁੱਛਿਆ ਸੀ ਵੀ ਸਾਡਾ ਚੈਨਲ ਪੰਜਾਬੀ ਪ੍ਰਚਾਰ ਹੈ, ਅਤੇ ਮੈਂ ਉਹਨੂੰ ਕਿਹਾ ਵੀ ਤੁਹਾਡਾ ਚੈਨਲ 'ਤੇ ਜ਼ਰੂਰ ਪੰਜਾਬੀ ਪ੍ਰਚਾਰ ਹੈ, ਪਰ ਤੁਸੀਂ ਪੰਜਾਬੀ ਤੋਂ ਭੁੱਲ ਗਏ ਜੇ, ਤੁਹਾਡਾ ਕਾਹਦਾ ਚੈਨਲ ਹੈ? ਪੰਜਾਬੀ ਨੂੰ ਪੜਾਓ, ਅਪਣਾਓ, ਚੜ੍ਹਦੇ ਲਹਿੰਦੇ ਪੰਜਾਬ ਵਾਲਿਓ। ਮੈਂ ਇੱਕੋ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਪੰਜਾਬੀ ਨੂੰ ਭੁੱਲੀ ਜਾਂਦੇ ਜੇ ਤੁਹਾਡਾ ਸਾਡਾ ਰਿਸ਼ਤਾ ਖਤਮ ਹੋ ਜਾਣਾ। ਅਸੀਂ ਪੰਜਾਬੀ ਸਾਂਭ ਕੇ ਰੱਖੀ ਆ, ਠੀਕ ਆ ਅਸੀਂ ਬੜਾ ਨੁਕਸਾਨ ਚੱਲਿਆ, ਪਰ ਅਸੀਂ ਆਪਣੀ ਪੰਜਾਬੀ ਬੋਲੀ ਤੋਂ ਨਹੀਂ ਪਛਾਣੇ। ਅਸੀਂ ਕੈਨੇਡਾ ਚਲ ਜਾਈਏ, ਅਮਰੀਕਾ ਚਲ ਜਾਈਏ, ਅਸੀਂ ਪੰਜਾਬੀ ਦੇ ਨਾਲ ਆ, ਅਸੀਂ ਪੰਜਾਬੀ ਲੰਬੜਦਾਰ ਹਾਂ, ਸਾਡੇ ਪੰਜਾਬੀ ਭਾਸ਼ਾ ਠੀਕ ਠਾਕ ਆ, ਤੁਹਾਡੇ ਬੱਚੇ ਅੱਜ ਉਰਦੂ ਬੋਲਣ ਡਏ ਨੇ। ਮੈਨੂੰ ਦੱਸੋ, ਅੱਜ ਤੋਂ 50 ਸਾਲ ਬਾਅਦ, 100 ਸਾਲ ਬਾਅਦ ਤੁਹਾਡਾ ਕੀ ਬਣੂਗਾ? ਇੱਕ ਸਾਡੇ ਉੱਥੇ ਬਲਰਾਜ ਸਿੰਘ ਜੀ ਐਕਟਰ ਹੁੰਦੇ ਸੀ, ਉਹਨਾਂ ਲੈਕਚਰ ਕਰਦਿਆਂ ਕਿਹਾ ਵੀ ਜਿਹੜਾ ਬੰਦਾ ਆਪਣੇ ਪਿਓ ਦਾ ਨਾ ਹੋਵੇ ਉਹਨੂੰ ਕੀ ਕਹਿਣਾ ਚਾਹੀਦਾ? ਹਰਾਮ ਦਾ। ਅਤੇ ਜਿਹੜਾ ਆਪਣੀ ਮਾਂ ਨਾਲ ਨਹੀਂ ਬਣਦਾ ਉਹਨੂੰ ਬਈ ਕੀ ਆਖੀਏ? ਤੁਹਾਡੀ 65% ਆਬਾਦੀ ਆ, ਤੁਹਾਡੀ ਭਾਸ਼ਾ ਹੀ ਹੈ ਨਹੀਂ? ਸਿੰਧੀ ਲੋਕਾਂ ਦੀ ਆਪਣੀ ਭਾਸ਼ਾ ਹੈ, ਬਲੋਚੀਆਂ ਦੀ ਆਪਣੀ ਭਾਸ਼ਾ ਹੈ, ਬਾਕੀ ਸੂਬਿਆਂ ਦੀ ਆਪਣੀ ਭਾਸ਼ਾ ਹੈ, ਇਹ ਇਕੱਲਾ ਬਾਅਦ ਪੰਜਾਬ ਸੂਬਾ ਹੈ ਪਾਕਿਸਤਾਨ 'ਚ ਜਿਹਦੀ ਆਪਣੀ ਭਾਸ਼ਾ ਨਹੀਂ ਹੈ। ਤੁਹਾਡੀ ਲਿਪੀ ਜਿਹੜੀ ਹੈ ਉਰਦੂ ਲਿਪੀ ਆ, ਚਲੋ ਲਿਪੀ ਦੀ ਗੱਲ ਛੱਡੀਏ, ਪਰ ਤੁਸੀਂ ਬੋਲੋ ਪੰਜਾਬੀ ਠੇਠ। ਹੁਣ ਤੁਹਾਡੀ ਇੱਥੇ ਜਿੰਨਾ ਵੀ ਇੱਥੇ ਖੁਸ਼ ਹੈ ਨਾ ਮਿਲ ਕੇ, ਤੁਹਾਨੂੰ ਬਹੁਤ ਖੁਸ਼ ਹਾਂ, ਪਰ ਉਹਨਾਂ ਦੁਖੀ ਹੋਈਦਾ ਵੀ ਵੇਖੋ ਆਪਣੀ ਮਾਂ ਹੀ ਭੁੱਲ ਗਏ। ਆਪਾਂ ਮਾਵਾਂ ਦਾ ਸੰਬੰਧ ਆ, ਅਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਮੰਨੋ ਅਤੇ ਇਹਨੂੰ ਜਿਹੜੀ ਪੰਜਾਬੀ ਤੁਹਾਡੀ ਭਾਸ਼ਾ ਇਹਨੂੰ ਅਡੋਪਟ ਕਰੋ, ਇਹਨੂੰ ਸਰਕਾਰੀ ਭਾਸ਼ਾ ਬਣਾਓ, ਇਹਨੂੰ ਸਾਡੇ ਉੱਧਰ ਬਾਰ੍ਹਵੀਂ ਤੱਕ ਪੰਜਾਬੀ ਭਾਸ਼ਾ ਕੰਪਲਸਰੀ ਆ। ਸਾਡੇ ਜਿਹੜਾ ਬੰਦਾ ਬਾਰ੍ਹਵੀਂ ਤੱਕ ਪੰਜਾਬੀ ਨਹੀਂ ਪੜ੍ਹਿਆ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ। ਜਿਹੜਾ ਅਫਸਰ ਪੰਜਾਬੀ 'ਚ ਉੱਥੇ ਚਿੱਠੀ ਪੱਤਰ ਨਹੀਂ ਕਰਦਾ ਉਹਨੂੰ ਉਹਦੀ ਇਨਕਰੀਮੈਂਟ ਰੋਕੀ ਜਾਂਦੀ ਆ। ਅਤੇ ਤੁਸੀਂ ਵੀ ਇਹੋ ਪੈਟਰਨ ਅਪਣਾਓ, ਆਪਣੀ ਮਾਂ ਬੋਲੀ ਨੂੰ ਸਾਂਭੋ, ਨਹੀਂ ਤਾਂ ਦੋਵਾਂ ਪੰਜਾਬਾਂ ਦਾ ਰਿਸ਼ਤਾ ਕਿਸੇ ਦਿਨ ਖਤਮ ਹੋ ਜਾਊਗਾ। ਸਾਡੀ ਜ਼ਬਾਨ ਦੀ ਸਾਂਝ ਆ, ਜੇ ਤੁਹਾਡੀ ਜ਼ਬਾਨ ਨਹੀਂ ਕੋਈ ਹੋਰ ਤੁਸੀਂ ਬੋਲੋਗੇ ਤਾਂ ਆਪਾਂ ਆਪਣੀ ਗੱਲ ਕਿੰਨਾ ਕਰਾਂਗੇ? ਅਫਸੋਸ ਇਸ ਗੱਲ ਦਾ, ਅੱਜ ਨਹੀਂ 100 ਸਾਲ ਬਾਅਦ ਜ਼ਰੂਰ ਤੁਹਾਨੂੰ ਇਸ ਦਾ ਗੱਲਾਂ ਨੁਕਸਾਨ ਉਠਾਉਣਾ ਪਊਗਾ। ਮੇਰੀ ਗੱਲ ਮੰਨੋ, ਆਪਣੇ ਵਿਰਸਾ ਕਿਉਂ ਭੁੱਲਦੇ ਜੇ? ਤੁਸੀਂ ਪਾਕਿਸਤਾਨ ਦੇ ਰਾਜੇ ਜੇ, ਹੁਕਮਰਾਨ ਜੇ, ਅਤੇ ਜੇ ਹੁਕਮਰਾਨ ਹੀ ਆਪਣੀ ਮਾਂ ਨੂੰ ਭੁੱਲੇ ਤਾਂ ਫਿਰ ਬਾਕੀ ਲੋਕ ਕੀ ਕਰਨਗੇ? ਮੇਰਾ ਸੁਨੇਹਾ ਕੀ ਜ਼ਰੂਰ ਆ ਪਾਕਿਸਤਾਨ ਦੇ ਪੰਜਾਬ ਸਰਕਾਰ ਨੂੰ ਅਤੇ ਪਾਕਿਸਤਾਨ ਸਰਕਾਰ ਨੂੰ ਵੀ ਇਮਰਾਨ ਖਾਨ ਜੀ, ਸਾਡੇ ਪੰਜਾਬੀਆਂ 'ਤੇ ਥੋੜ੍ਹਾ ਜਿਹਾ ਰਹਿਮ ਇੱਕ ਹੋਰ ਕਰ ਦਿਓ। ਜਿੱਥੇ ਤੁਸੀਂ ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ ਆ, ਜਿੱਥੇ ਤੁਸੀਂ ਲਾਂਘਾ ਖੋਲਿਆ, ਅਸੀਂ ਗਦਗਦ ਹੋਏ ਪਏ ਹਾਂ। ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਜਾਣ ਵਾਲੀਆਂ ਸਾਡੀਆਂ ਪੁਸ਼ਤਾਂ ਵੀ ਤੁਹਾਡਾ ਆਸਾਨ ਮੰਨਣਗੀਆਂ, ਪਰ ਉੱਥੇ ਨਾਲ ਦੀ ਨਾਲ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕਰ ਦਿਓ। ਇਹ ਸਾਡੀ ਹੱਥ ਜੋੜ ਕੇ ਮੰਗ, ਅਸੀਂ ਹੱਥ ਜੋੜ ਕੇ ਮੰਗ ਕਰਦੇ ਹਾਂ ਤਾਂ ਕਿ ਸਾਡਾ ਦੋਵਾਂ ਪੰਜਾਬਾਂ ਦਾ ਰਿਸ਼ਤਾ ਬਣਿਆ ਰਹੂਗਾ, ਸਾਡੇ ਬੱਚੇ ਆਪਸ ਮਿਲਣ ਗਏਣਗੇ। ਜੇ ਸਾਡੀ ਪੰਜਾਬੀ ਬੋਲੀ ਖਤਮ ਕਰ ਦਿਓਗੇ ਤਾਂ ਸਾਡੇ ਰਿਸ਼ਤੇ ਖਤਮ ਹੋਣਗੇ, ਸਾਡਾ ਕਲਚਰ ਖਤਮ ਹੋ ਜਾਊਗਾ, ਸਾਡੀਆਂ ਮਾਵਾਂ ਜਿਹੜੀਆਂ ਸਾਨੂੰ ਲੋਰੀਆਂ ਦਿੰਦੀਆਂ ਸਾਡੀ ਲੋਰੀਆਂ ਖਤਮ ਹੋ ਜਾਣਗੀਆਂ, ਸਾਡੇ ਸੁਆਗ ਗੀਤ ਖਤਮ ਹੋਣਗੇ, ਸਾਡੇ ਵਿਆਹ ਸ਼ਾਦੀਆਂ ਦੇ ਜਿਹੜੇ ਸਾਡੇ ਕਲਚਰ ਸੀ ਉਹ ਵੀ ਖਤਮ ਹੋ ਜਾਊਗਾ। ਮੇਰੀ ਤਾਂ ਇਹੋ ਬੇਨਤੀ ਆ ਪੰਜਾਬ ਦੇ ਗਵਰਨਰ ਸਾਹਿਬ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ, ਇਹ ਸਾਰੀ ਪੰਜਾਬੀ ਭਾਸ਼ਾ ਨੂੰ ਲਾਗੂ ਕਰੋ, ਲਹਿੰਦੇ ਪੰਜਾਬ ਦੇ ਜ਼ਰੂਰ ਲਾਗੂ ਕਰੋ, ਸਾਡੇ ਚੜ੍ਹਦੇ ਪੰਜਾਬ ਦੀ ਮੰਗ ਹੈ। ਮੇਰੀ ਬੇਨਤੀ ਆ ਜਿੱਥੇ ਤੁਸੀਂ ਐਡੇ ਵੱਡੇ ਕੰਮ ਪੰਜਾਬੀਆਂ ਵਾਸਤੇ ਕੀਤੇ ਨੇ, ਸਾਨੂੰ ਪੰਜਾਬੀਆਂ ਨੂੰ ਆਸੇ ਤੁਸੀਂ ਮਿਲਿਆ ਵਾ, ਸਾਨੂੰ ਇਕੱਠਿਆਂ ਕੀਤਾ, ਲਾਂਘਾ ਖੋਲ੍ਹ ਕੇ ਇਕੱਠਿਆਂ ਕੀਤਾ, ਪਿਆਰ ਦਿੱਤਾ, ਇੱਥੇ ਬਾਬਾ ਗੁਰੂ ਨਾਨਕ ਦੇਵ ਦੀ ਯੂਨੀਵਰਸਿਟੀ ਬਣਾਈ ਆ, ਉੱਥੇ ਸਾਡੀ ਪੰਜਾਬੀ ਭਾਸ਼ਾ ਕਰਦੇ ਹੋ, ਹੱਥੀ ਜੋੜ ਕੇ ਬੇਨਤੀ ਆ ਨਾ ਕਰੋਗੇ 100 ਸਾਲ ਬਾਅਦ, 50 ਸਾਲ ਬਾਅਦ ਇਹ ਜਦੋਂ ਬੱਚੇ ਉਰਦੂ ਬੋਲਣਗੇ, ਹੋਰ ਭਾਸ਼ਾ ਬੋਲਣਗੇ, ਤਾਂ ਸਾਡਾ ਪੰਜਾਬੀ ਦਾ ਕਲਚਰ ਖਤਮ ਹੋ ਜਾਣਾ। ਸਾਨੂੰ ਅਫਸੋਸ ਇਸ ਗੱਲ ਦਾ, ਮੈਨੂੰ ਉਮੀਦ ਆ ਵੀ ਸਾਡੀ ਚੜ੍ਹਦੇ ਪੰਜਾਬੀਆਂ ਤੁਸੀਂ ਮੰਗ ਜ਼ਰੂਰ ਪੂਰੀ ਕਰੋਗੇ। ਹੱਥ ਜੋੜ ਕੇ ਬੇਨਤੀ।